ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਹੋਂਦ ਜੁੜੀ ਆ ਤੇ ਜਿੱਦੇ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ ਤੇ ਅਸੀਂ ਖਤਮ ਹੋ ਜਾ ਸਾਨੂੰ ਤਾਂ ਗਾਲਾਂ ਕੱਢੀ ਜਾਂਦੇ ਹੋ ਇਹ ਕੰਜਰ ਲਾਣਾ ਇਹ ਫਲਾਣਾ ਲਾਣਾ ਟਮਕਾਣਾ ਲਾਣਾ ਸਰਕਾਰਾਂ ਲੋਕ ਪੜ੍ਹਾਈ ਤੇ ਕੰਮ ਕਰਦੀਆਂ ਹੀ ਨਹੀਂ ਸਮਝ ਲਓ ਇਹ ਡੀਮੋਨੇਟਾਈਜੇਸ਼ਨ ਕਰ ਦੋ ਉਹ ਵੀ ਇਹਨਾਂ ਕਾਰਪੋਰੇਟ ਵਾਸਤੇ ਕੀਤੀ ਗਈ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ ਆ ਸੁਸ਼ਾਂਤ ਸਿੰਘ ਕੰਗਣਾ ਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ ਕਲਾਕਾਰ ਏਸੀ ਕਮਰਿਆਂ 'ਚ ਬਹਿ ਕੇ ਏਸੀ ਕਾਰਾਂ 'ਚ ਬਹਿ ਕੇ ਆਪਣਾ ਪੋਸਟਾਂ ਪਾਉਂਦੇ ਆ ਹੋਰ ਇਹ ਕੁਛ ਨਹੀਂ ਕਰਦੇ ਤੁਹਾਡੇ ਨਾਲ ਰੂਬਰੂ ਹੋਏ ਆ ਅੱਜ ਗੱਲ ਕਰਨੀ ਆ ਪੰਜਾਬ ਬਾਰੇ ਸਾਡੀ ਹੋਂਦ ਬਾਰੇ ਮੈਂ ਜਦੋਂ ਹਮੇਸ਼ਾ ਕਹਿੰਦਾ ਹੁੰਦਾ ਵੀ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ ਕਿਵੇਂ ਲੱਗ ਗਿਆ ਸਾਨੂੰ ਆ ਕਿਸਾਨੀ ਆਡੀਅੰਸ ਦੇ ਥਰੂ ਸਾਡੀ ਮਿੱਟੀ ਨਾਲੋਂ ਖੋਰਿਆ ਜਾ ਰਿਹਾ ਸਾਡੇ ਪਿੰਡਾਂ ਨਾਲੋਂ ਖੋਰਿਆ ਜਾ ਰਿਹਾ ਸਾਡੇ ਜੇ ਅਸੀਂ ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸਿੱਖ ਫਲਸਫੇ ਨੂੰ ਜਾਂ ਪੰਜਾਬੀ ਫਲਸਫੇ ਨੂੰ ਖੋਰਿਆ ਜਾ ਰਿਹਾ ਉਹਨੂੰ ਮੰਧੋਲਿਆ ਜਾ ਰਿਹਾ ਜਾਂ ਉਹਨੂੰ ਡਿਮਿਨਿਸ਼ ਕੀਤਾ ਜਾ ਰਿਹਾ ਹੁਣ ਗੱਲ ਇਹ ਆ ਵੀ ਇਹ ਦੋਨੇ ਗੱਲਾਂ ਆਪਸ 'ਚ ਰਿਲੇਟਡ ਆ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਮੈਂ ਕੁਛ ਅੱਜ ਆਪਦੀ ਸਟੱਡੀ ਕੀਤੀ ਸੀ ਕੁਛ ਨੋਟਸ ਬਣਾਏ ਸੀ ਜਦੋਂ ਮੈਂ ਕਹਿੰਦਾ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ ਜਿਹਦੇ ਸਾਰੇ ਵਰਗ ਇਹਦੇ 'ਚ ਆ ਜਾਂਦੇ ਆ ਕਿਵੇਂ ਸਾਡੇ ਹੋਂਦ ਦੀ ਲੜਾਈ ਆ ਦੇਖੋ ਪੰਜਾਬ ਨੂੰ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਨੂੰ ਸਿੱਖੀ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ ਪੰਜਾਬ ਦੇ ਸਮਾਜਿਕ ਬਣਤਰ ਨੂੰ ਕਿਸਾਨੀ ਜਾਂ ਸਿੱਖੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ ਸਾਨੂੰ ਸਾਰਿਆਂ ਨੂੰ ਪਤਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੀ ਪੰਜਾਬ ਦੀ ਸੱਭਿਅਤਾ ਰਚਣ 'ਚ ਪੰਜਾਬ ਦੇ ਸਮਾਜਿਕ ਬਣਤਰ ਨੂੰ ਰਚਣ 'ਚ ਬਹੁਤ ਵੱਡਾ ਯੋਗਦਾਨ ਆ ਉਵੇਂ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ ਆਪਦੇ ਪਿੰਡਾਂ ਨਾਲ ਜੁੜੇ ਹੋਏ ਲੋਕ ਹਾਂ ਅਤੇ ਜਦੋਂ ਸਾਨੂੰ ਸਾਡੀ ਮਿੱਟੀ ਤੋਂ ਅਤੇ ਸਾਡੇ ਪਿੰਡਾਂ ਤੋਂ ਖੋਰਿਆ ਜਾਂਦਾ ਸਾਡਾ ਬੜਾ ਕੁਛ ਖੁਰ ਜਾਂਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਪਰ ਹੁਣ ਅਸਲ ਜਿਹੜੀ ਗੱਲ ਕਰਦੇ ਹਾਂ ਨਾ ਵੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਜਾਂ ਸਰਕਾਰਾਂ ਕੰਮ ਕਿਵੇਂ ਕਰਦੀਆਂ ਅੱਜ ਆਪਾਂ ਇਹਦੀ ਗੱਲ ਕਰਦੇ ਹਾਂ ਸਰਕਾਰਾਂ ਕੰਮ ਐਂ ਕਰਦੀਆਂ ਪ੍ਰੋਪੋਗੰਡਾ ਪੋਲੀਟਿਕਸ ਕਰਦੀ ਆ ਸਪੈਸ਼ਲੀ ਅੱਜ ਦੀ ਜਿਹੜੀ ਸਰਕਾਰ ਆ ਬੀਜੇਪੀ ਅਤੇ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਇਸ ਵੇਲੇ ਸਾਡੇ ਹੁਕਮਰਾਨ ਉਹ ਪ੍ਰੋਪੋਗੰਡਾ ਪੋਲੀਟਿਕਸ ਕਰਦੇ ਆ ਤੁਸੀਂ ਇਹ ਦੇਖੋ ਆ ਨੈਸ਼ਨਲ ਮੀਡੀਆ ਦੇ ਥਰੂ ਜਾਂ ਅਰਨਵ ਗੋਸਵਾਮੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਤੰਤਰ ਨੂੰ ਲੋਕਾਂ ਨੂੰ ਕੁਛ ਭੁੱਖੇ ਮਰੀ ਜਾਣ ਉਹਨਾਂ ਨੂੰ ਕੁਛ ਖਾਣ ਨੂੰ ਰੋਟੀ ਮਿਲੇ ਕਿ ਨਾ ਮਿਲੇ ਨੌਕਰੀਆਂ ਮਿਲਣ ਕਿ ਨਾ ਮਿਲਣ ਜਾਂ ਜੀ ਡੀ ਪੀ ਮਾਈਨਸ 23% ਜਾ ਰਹੀ ਆ ਕੋਈ ਉਹਦੀ ਗੱਲ ਨਹੀਂ ਕਰਦਾ ਉਹ ਸਿਰਫ ਗੱਲ ਕਰੂਗਾ ਸੁਸ਼ਾਂਤ ਸਿੰਘ ਰਾਜਪੂਤ ਰੀਆ ਚੱਕਰਵਰਤੀ ਵੀ ਅਸੀਂ ਉਹਨਾਂ ਤੋਂ ਕੀ ਲੈਣਾ ਯਾਰ ਠੀਕ ਆ ਕੋਈ ਬੰਦਾ ਮਰ ਗਿਆ ਤੁਸੀਂ ਇੱਕ ਵੱਖਰੇ ਤੌਰ 'ਤੇ ਉਹਦੀ ਕੋਈ ਜਾਂਚ ਮੁਹਿੰਮ ਆਪਦਾ ਕਰੋ ਜੋ ਕਰਨਾ ਪਰ ਉਹਨੂੰ ਨੈਸ਼ਨਲ ਮੀਡੀਆ 'ਤੇ ਇਸ ਤਰ੍ਹਾਂ ਚੱਕ ਦੇਣਾ ਅਤੇ ਇੰਨਾ ਪ੍ਰੋਪਾਗੈਂਡਾ ਕਰ ਦੇਣਾ ਵੀ ਲੋਕਾਂ ਦਾ ਧਿਆਨ ਹੀ ਹੋਰ ਪਾਸੇ ਕਰ ਦੇਣਾ ਮੁੜ ਕੇ ਕੰਗਣਾ ਆ ਜਾਂਦੀ ਆ ਉਹ ਕਹਿੰਦੀ ਆ ਦੇਖੋ ਭਾਰਤ ਮਾਤਾ ਕੀ ਜੈ ਮੇਰਾ ਛੱਜਾ ਤੋੜਿਆ ਜਾ ਰਿਹਾ ਇੱਥੇ ਕਿਸਾਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ ਉਹਨੂੰ ਤਾਂ ਕੋਈ ਦਿਖਾਉਂਦਾ ਨਹੀਂ ਇਹਨਾਂ ਨੇ ਨਹੀਂ ਦਿਖਾਉਣਾ ਇਹਨਾਂ ਨੂੰ ਪਤਾ ਵੀ ਤੁਹਾਨੂੰ ਅਸਲ ਮੁੱਦੇ ਤੋਂ ਭਟਕਾਉਣਾ ਕਿਵੇਂ ਆ ਅਤੇ ਅਸਲ ਮੁੱਦੇ ਤੋਂ ਦੂਰ ਕਿਵੇਂ ਲਿਜਾਣਾ ਜਿਹੜਾ ਆਰਡੀਨੈਂਸ ਆਇਆ ਕਿਸਾਨਾਂ ਨੂੰ ਮੈਂ ਦੱਸਦਾ ਤੁਸੀਂ ਬਾਦਲ ਬੈਠੇ ਰਹੋ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ ਤੁਸੀਂ ਪਟਿਆਲੇ ਬੈਠੇ ਰਹੋ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਇਹ ਤਾਂ ਵੈਦ ਆ ਸਾਨੂੰ ਬਿਮਾਰੀ ਦਿੱਲੀਓਂ ਪੈਂਦੀ ਆ ਅਸੀਂ ਵੈਦਾਂ ਤੋਂ ਕਿਵੇਂ ਲੈ ਲਾਂਗੇ ਦਵਾਈਆਂ ਵੈਦਾਂ ਨੇ ਕੁਛ ਨਹੀਂ ਦੇਣਾ ਸਾਨੂੰ ਸਾਨੂੰ ਕੋਈ ਸੰਘਰਸ਼ ਇਹੋ ਜਿਹਾ ਵਿੱਢਣਾ ਪੈਣਾ ਇਹੋ ਜਿਹੀ ਕ੍ਰਾਂਤੀ ਲਿਆਉਣੀ ਪੈਣੀ ਆ ਜਿੱਥੇ ਅਸੀਂ ਸਰਕਾਰਾਂ ਲਈ ਕੋਈ ਨਾ ਕੋਈ ਮਜਬੂਰੀ ਖੜੀ ਕਰ ਦਈਏ ਜਦੋਂ ਤੱਕ ਸਰਕਾਰ ਦਿੱਲੀ ਬੈਠੀ ਹੈ ਜਿਹੜੀ ਉਹਦੇ ਲਈ ਕੋਈ ਮਜਬੂਰੀ ਨਹੀਂ ਖੜੀ ਕਰਾਂਗੇ ਸਾਨੂੰ ਇਸ ਸੰਘਰਸ਼ 'ਚੋਂ ਕੁਛ ਨਹੀਂ ਮਿਲਣਾ ਮੋਦੀ ਸਾਹਿਬ ਵੀ ਇਹ ਟਵੀਟ ਕਰ ਦਿੰਦੇ ਆ ਪੰਜਾਬੀ 'ਚ ਮੋਦੀ ਟਵੀਟ ਕਰਦਾ ਅਤੇ ਅਸੀਂ ਖੁਸ਼ ਹੋ ਜਾਂਦੇ ਹਾਂ ਬਾਈ ਜੀ ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਣਾ ਜਾਂ ਇਹ ਕਹਿ ਦਈਏ ਯਾਰ ਅੱਜ ਤਾਂ ਬੜਾ ਧਰਨੇ 'ਤੇ ਯਾਰ ਰਸ਼ ਸੀ ਅੱਜ ਤਾਂ ਬਾਈ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਇਹਨਾਂ ਗੱਲਾਂ 'ਚੋਂ ਵੀ ਕੁਛ ਨਹੀਂ ਮਿਲਣਾ ਅਸੀਂ ਆਪਦੇ ਆਪ ਦੀ ਮੁੜ ਕੇ 10 ਕੁ ਦਿਨਾਂ ਬਾਅਦ ਘਰੋ ਘਰੀ ਹੋ ਜਾਵਾਂਗੇ ਮੈਂ ਵੀ ਆ ਜਾਂਦਾ ਜੀ ਮੈਂ ਲਓ ਜਿੱਥੇ ਮਰਜ਼ੀ ਬੁਲਾ ਲਓ ਜਿੱਥੇ ਮਰਜ਼ੀ ਭੁਗਤਾ ਲਓ ਤੁਹਾਡੇ ਨਾਲ ਖੜਾਂ ਪਰ ਉਹਦਾ ਹੱਲ ਕੋਈ ਨਹੀਂ ਸਾਨੂੰ ਹੱਲ ਵੱਲ ਵਧਣਾ ਪੈਣਾ ਅਤੇ ਸਾਨੂੰ ਦੇਖਣਾ ਵੀ ਪੈਣਾ ਵੀ ਅਸੀਂ ਜਿਹੜੇ ਸਰਕਾਰ ਨਾਲ ਜਿਹੜੀ ਏਜੰਸੀਆਂ ਨਾਲ ਤਾਂ ਜਿਹੜਾ ਕਾਰਪੋਰੇਟ ਸੈਕਟਰ ਆ ਜਿਹਨੂੰ ਮੈਂ ਕਹਿੰਦਾ ਹੁਣ ਪੂੰਜੀਵਾਦ ਉਹਦੇ ਨਾਲ ਲੜ ਰਹੇ ਹਾਂ ਅਸਲ ਜਾੜੇ ਵੀ ਉੱਥੇ ਪਈ ਆ
ਕਾਰਪੋਰੇਟ ਕਰਾਣਾ ਜਦੋਂ ਬੀਜੇਪੀ ਨੂੰ ਜਾਂ ਕਿਸੇ ਸਰਕਾਰ ਨੂੰ ਫੰਡ ਦੇਊਗਾ ਤੇ ਉਹਦੀ ਕੋਈ ਸਵਾਲ ਨਹੀਂ ਕੀਤਾ ਜਾਊਗਾ, ਹੁਣ ਉਹਦਾ ਨਾਂ ਅਨੋਨਮਸ ਰੱਖਿਆ ਜਾਊਗਾ ਤੇ ATC ਦੇ ਅੰਡਰ ਸੈਕਸ਼ਨ ATC ਆਫ ਇਨਕਮ ਟੈਕਸ ਦੇ ਅੰਡਰ ਉਹਨੂੰ ਰਿਬੇਟ ਵੀ ਮਿਲੂਗੀ ਸਾਰੀ ਦੀ ਸਾਰੀ ਜਿਹੜੀ ਉਹਨੇ ਇਹਨਾਂ ਨੂੰ ਕੋਈ ਇਲੈਕਟ੍ਰੋਲ ਬੌਂਡਸ ਦੇ ਥਰੂ ਫੰਡ ਦਿੱਤੇ ਆ। ਹੁਣ ਫੰਡ ਜਾਂਦੇ ਆ ਅੱਜ ਬੀਜੇਪੀ ਦਾ ਜਿਹੜਾ ਤੁਸੀਂ ਇਹ ਕਹਿ ਲਓ ਸੋਸ਼ਲ ਮੀਡੀਆ ਜਾਂ ਪ੍ਰੋਪਗੈਂਡਾ ਪੋਲੀਟਿਕਸ ਦਾ ਜਿਹੜਾ ਉਹਨਾਂ ਦਾ ਬਜਟ ਆ ਉਹ 500 ਜਾਂ 1000 ਕਰੋੜ ਆ। ਹੁਣ ਉਹਨਾਂ ਦੀ ਕੋਈ ਫੈਕਟਰੀਆਂ ਥੋੜ੍ਹੀ ਆ, ਉਹਨਾਂ ਕੋਲ ਕਿੱਥੋਂ ਆਉਂਦੇ ਆ? ਇਸ ਕਾਰਪੋਰੇਟ ਸੈਕਟਰ ਤੋਂ ਹੀ ਆਉਂਦੇ ਆ ਅਤੇ ਮੁੜ ਕੇ ਇਹ ਕੀ ਕਰਦੇ ਆ, ਉਹਨਾਂ ਨੂੰ ਅਕੋਮੋਡੇਟ ਕਰਦੇ ਆ, ਕਦੇ ਇਹ ਬਿਰਤਾਂਤ ਰਚਦੇ ਆ, ਡੀਮੋਨੀਟਾਈਜੇਸ਼ਨ ਕਰ ਦਿਓ, ਉਹ ਵੀ ਇਹਨਾਂ ਕਾਰਪੋਰੇਟ ਵਾਸਤੇ ਕੀਤੀ ਗਈ ਕਿਉਂਕਿ ਬੈਂਕਸ ਕੋਲ ਫੰਡ ਹੈ ਨਹੀਂ ਸੀ, ਕਾਰਪੋਰੇਟਸ ਨੂੰ ਫੰਡ ਦੇਣੇ ਸੀ, ਲੋਨ ਦੇਣੇ ਸੀ, ਬੈਂਕਸ ਕੋਲ ਫੰਡ ਵਾਪਸ ਕਿਵੇਂ ਆਉਣਗੇ? ਚੱਕੋ ਡੀਮੋਨੀਟਾਈਜੇਸ਼ਨ। ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਤਾਂ ਤਵੀਆਂ 'ਤੇ ਬੈਠੇ ਹਾਂ, ਖੇਤ 'ਚ ਬੈਠੇ ਹਾਂ, ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਜੁੜੀ ਆ ਅਤੇ ਜਿੱਦਾਂ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ 'ਤੇ ਅਸੀਂ ਖਤਮ ਹੋ ਜਾਵਾਂਗੇ, ਸਾਡੀ ਹੋਂਦ ਨੂੰ ਨਹੀਂ ਕਲਪ ਸਕਦੇ ਮੁੜ ਕੇ। ਅਸੀਂ ਜੇ ਸੋਚਦੇ ਹਾਂ ਵੀ ਹੁਣ ਕਿਸਾਨੀ ਤੋਂ ਮੁਨਾਫਾ ਹੋਜੂ, ਸਾਨੂੰ ਕੋਈ ਮੁਨਾਫਾ ਨਹੀਂ ਹੋਣਾ। ਜੇ ਅੱਜ 1900 ਰੁਪਈਏ ਜਿਹੜੀ ਤੁਸੀਂ ਕਹਿ ਲਓ MSP ਆ ਆਪਾਂ ਨੂੰ ਕਣਕ ਦੀ ਪਰ ਕੁਇੰਟਲ, ਅਤੇ ਉਹ 1900 ਉਹਨਾਂ ਨੇ ਵੇਚਣਾ 1500, ਹੁਣ ਤੁਹਾਨੂੰ ਕੰਪੀਟੀਸ਼ਨ ਪ੍ਰਾਈਸ ਦੇਣੀ ਪੈਣੀ ਆ, ਤੁਹਾਨੂੰ 1500 ਹੀ ਵੇਚਣੀ ਪੈਣੀ ਆ। ਇਸ ਚੱਕਰ 'ਚ ਪੰਜਾਬ ਦੀ ਜਿਹੜੀ ਇਕੋਨਮੀ ਆ ਉਹਨੇ ਹੋਰ ਡਿੱਗ ਪੈਣਾ, ਪੰਜਾਬ ਦੀ ਪਰ ਕੈਪੀਟਾ ਇਨਕਮ ਹੋਰ ਡਿੱਗ ਪੈਣੀ ਆ। ਸੋ ਇਸ ਨਾਲ ਕੀ ਹੋਊ? ਹੁਣ ਸਾਡੀਆਂ ਜ਼ਮੀਨਾਂ ਸਸਤੀਆਂ ਹੋਣਗੀਆਂ, ਹੋਰ 5-10 ਸਾਲਾਂ ਨੂੰ ਜ਼ਮੀਨਾਂ ਸਸਤੀਆਂ ਹੋਣਗੀਆਂ ਅਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਬੈਠੇ ਆ ਵੱਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਜ਼ਮੀਨਾਂ ਵੀ ਖਰੀਦਣੀਆਂ, ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਤੋੜਨਾ। ਮੈਂ ਜੇ ਕਹਿੰਦਾ ਹੋਂਦ ਦੀ ਲੜਾਈ ਆ, ਜੇ ਸਾਡੇ ਕੋਲੋਂ ਸਾਡੇ ਕਿਸਾਨਾਂ ਕੋਲੋਂ ਆਹ ਸਾਡੇ ਹੱਥੋਂ ਨਿਕਲ ਗਈ ਨਾ, ਜਿਹਨੂੰ ਅਸੀਂ ਮਾਂ ਕਹਿੰਦੇ ਹਾਂ ਆਪਦੀ ਧਰਤੀ ਨੂੰ, ਬਾਈ ਜੀ ਹੋਂਦ ਤਾਂ ਭੁੱਲ ਜਾਓ, ਤੁਹਾਨੂੰ ਤੁਹਾਡੀ ਧਰਤੀ ਤੋਂ ਦੇਸ਼ ਨਿਕਾਲਾ ਮਿਲ ਜੂ। ਹੁਣ ਮੇਰੇ 'ਤੇ ਜਿਹੜੇ ਬੰਦੇ ਸਵਾਲ ਕਰਦੇ ਆ ਨਾ ਵੀ ਇਹ ਸਨੀ ਦਿਓਲ ਦੇ ਨਾਲ ਸੀ, BJP ਦੇ ਅਗੇਂਸਟ ਬੋਲਦਾ, ਹੀ ਇਜ਼ ਅ ਬਲੈਕ ਸ਼ੀਪ, ਇਹ ਤਾਂ ਪਲਾਂਟ ਕੀਤਾ ਹੋਇਆ। ਲੈ ਮੈਂ ਇਹ ਕਹਿੰਦਾ ਮੇਰੇ ਆਹ 50-50 ਸਾਲ ਹੋ ਗਏ ਤੁਹਾਡੇ ਨਾਲ ਜਿਹੜੇ ਲੀਡਰ ਖੜ੍ਹੇ ਆ, ਹਰ ਬੰਦੇ ਨੇ ਗਦਾਰੀ ਕੀਤੀ ਆ, ਅਤੇ ਜੇ ਮੈਂ ਗਦਾਰੀ ਕਰ ਜਾਂ ਮੈਨੂੰ ਦੇਸ਼ ਨਿਕਾਲਾ ਦੇ ਦਿਓ, ਪੰਜਾਬ ਨਿਕਾਲਾ ਦੇ ਦਿਓ, ਮੁੜ ਕੇ ਨਹੀਂ ਮੈਂ ਮੂੰਹ ਦਿਖਾਉਂਦਾ। ਮੈਂ ਕੋਈ ਇਲੈਕਸ਼ਨ ਨਹੀਂ ਲੜਨੇ, ਮੈਂ ਤਾਂ ਉਹਦੇ ਲੋਕਾਂ ਲਈ ਲੜਨ ਆਇਆ, ਅਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਬੈਠ ਕੇ ਸਾਨੂੰ ਢੰਗ ਲੱਭਣਾ ਪਊਗਾ, ਕੋਈ ਨਾ ਕੋਈ ਪੋਲੀਟੀਕਲ ਮਜਬੂਰੀ ਖੜੀ ਕਰਨੀ ਪਊਗੀ। ਜਦੋਂ ਤੱਕ ਅਸੀਂ ਇਹਨਾਂ ਦੀ ਮਜਬੂਰੀ ਨਹੀਂ ਖੜੀ ਕਰਦੇ, ਇਹ ਸਾਡੇ 'ਤੇ ਜ਼ੁਲਮ ਕਰਦੇ ਰਹਿਣਗੇ, ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਅਤੇ ਅਸਲ ਚੀਜ਼ ਨੂੰ ਦੱਬ ਕੇ ਆਹ ਸੁਸ਼ਾਂਤ ਸਿੰਘ, ਕੰਗਣਾ ਅਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ। ਪੂੰਜੀਵਾਦ ਨੇ ਤਾਂ ਮੁਨਾਫਾ ਦੇਖਣਾ, ਲੋਕ ਭਲਾਈ ਨਹੀਂ ਦੇਖਣੀ। ਸਰਕਾਰਾਂ ਲੋਕ ਭਲਾਈ 'ਤੇ ਕੰਮ ਕਰਦੀਆਂ ਹੀ ਨਹੀਂ, ਸਮਝ ਲਓ ਇਹ। ਅਤੇ ਜੇ ਅਸੀਂ ਇਕੱਠੇ ਹੋ ਕੇ ਲੋਕ ਲਹਿਰ ਪੈਦਾ ਕਰ ਗਏ ਫਿਰ ਹੀ ਗੱਲ ਚੱਲਦੀ ਆ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ।